ਵਾਹਿਗੁਰੂ ਸਾਹਿਬ ਜੀ, ਗੁਰੂ ਗਰੀਬ ਨਿਵਾਜ, ਅੰਦਰ ਸੱਚਾ ਨੇਹੂੰ, ਲਾਇਆ ਪ੍ਰੀਤਮੇ ਆਪਣੇ, ਤਨ ਮਨ ਹੋਏ ਨਿਹਾਲ, ਜਾ ਗੁਰ ਦੇਖਾਂ ਸਾਹਮਣੇ, ਹੋਵੇ ਸਿਫਤ ਖਸਮ ਦੀ, ਨੂਰ ਅਰਸ਼ੋਂ ਕੁਰਸ਼ੋਂ ਝੱਟੀਐ, ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਪੰਜਵਾਂ, ਗੁਰ ਆਪਣੇ ਉੱਪਰ ਬਲ ਜਾਈਐ, ਆਠ ਪਹਿਰ ਹਰ ਹਰ ਜਸ ਗਾਈਐ, ਗੁਰ ਆਪਣੇ ਉੱਪਰ ਬਲ ਜਾਈਐ, ਆਠ ਪਹਿਰ ਹਰ ਹਰ ਜਸ ਗਾਈਐ, ਸਿਮਰੋ ਸੋ ਪ੍ਰਭ ਆਪਣਾ ਸੁਆਮੀ, ਸਗਲ ਕਟਾਂ ਕਾ ਅੰਤਰ ਜਾਮੀ, ਰਹਾਉ ਚਰਨ ਕਮਲ ਸਿਉ ਲਾਗੀ ਪ੍ਰੀਤ, ਸਾਚੀ ਪੂਰਨ ਨਿਰਮਲ ਰੀਤ, ਸੰਤ ਪ੍ਰਸਾਦ ਵਸੈ ਮਨ ਮਾਹੀ, ਜਨਮ ਜਨਮ ਕੇ ਕਿਲ ਬਿਖ ਜਾਹੀ, ਕਰ ਕਿਰਪਾ ਪ੍ਰਭ ਦੀਨ ਦਇਆਲਾ, ਨਾਨਕ ਮੰਗੈ ਸੰਤ ਰਵਾਲਾ, ਕਰ ਕਿਰਪਾ ਪ੍ਰਭ ਦੀਨ ਦਇਆਲਾ, ਨਾਨਕ ਮੰਗੈ ਸੰਤ ਰਵਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟ ਸ਼ੁਕਰ ਸਤਿਗੁਰੂ ਜੀ ਦਾ, ਜਿਹਨਾਂ ਦਰਸ਼ਨ ਦਾਰ ਬਖਸ਼ ਕੇ ਸਾਨੂੰ ਅਸੀਸ ਬਖਸ਼ੀ ਹੈ। ਮਹਾਰਾਜ ਕਿਰਪਾ ਕਰਨ ਅਤੇ ਜੋ ਹੁਕਮ ਅੱਜ ਸਤਿਗੁਰੂ ਜੀ ਨੇ ਬਖਸ਼ਿਆ ਹੈ, ਅਸੀਂ ਉਹਨੂੰ ਕਮਾ ਲਈਏ। ਬਹੁਤ ਪਿਆਰੀ ਭਾਵਨਾ ਸਤਿਗੁਰਾਂ ਨੇ ਬਖਸ਼ੀ ਹੈ ਗਰੀਬ ਨਿਵਾਜ ਜੀ ਨੇ। ਹਜ਼ੂਰ ਕਹਿੰਦੇ ਨੇ ਪੰਚਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਗੁਰ ਆਪਣੇ ਉੱਪਰ ਬਲ ਜਾਈਏ, ਮੈਂ ਆਪਣੇ ਗੁਰੂ ਤੋਂ ਸਦਾ ਕੁਰਬਾਨ ਜਾਂਦਾ। ਔਰ ਹੋਣਾ ਚਾਹੀਦਾ ਹੈ, ਗੁਰੂ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ, ਗੁਰੂ ਨੇ ਸਾਨੂੰ ਜੀਵਨ ਦਿੱਤਾ ਹੈ, ਜ਼ਿੰਦਗੀ ਦਿੱਤੀ ਹੈ, ਹਿੰਮਤ ਬਖਸ਼ੀ ਹੈ, ਬੇਅੰਤ ਬੇਅੰਤ ਸੁੱਖ ਦਿੱਤੇ ਨੇ, ਅਤੇ ਉਹਦੇ ਕੁਰਬਾਨ ਉਹ ਤੋਂ ਸਦਕੇ ਜਾਣਾ ਚਾਹੀਦਾ, ਉਹਦਾ ਸ਼ੁਕਰ ਕਰਨਾ ਚਾਹੀਦਾ ਹੈ। ਮੈਂ ਆਪਣੇ ਗੁਰੂ ਤੋਂ ਸਦਾ ਕੁਰਬਾਨ ਜਾਵਾਂ, ਸਦਕੇ ਜਾਵਾਂ, ਸ਼ੁਕਰ ਵਿੱਚ ਰਹਾਂ, ਅਤੇ ਗੁਰੂ ਜੀ ਦੀ ਸ਼ਰਨ ਵਿੱਚ ਪੈ ਕੇ ਅੰਦਰੋਂ ਆਪਾ ਮਿਟਾ ਦੇਵਾਂ, ਗੁਰ ਆਪਣੇ ਉੱਪਰ ਬਲ ਜਾਈਏ। ਆਈ ਐਮ ਅ ਸੈਕਰੀਫਾਈਸ ਆਫ ਮਾਈ ਟਰੂ ਗੁਰੂ। ਅਤੇ ਕੀ ਕਰਨਾ ਚਾਹੀਦਾ ਫਿਰ, ਕੁਰਬਾਨ ਕਿਵੇਂ ਜਾਣਾ ਹੈ? ਹਜ਼ੂਰ ਕਹਿੰਦੇ ਨੇ ਆਠ ਪਹਿਰ ਹਰ ਹਰ ਜਸ ਗਾਈਏ। ਆਠ ਪਹਿਰ ਤੋਂ ਭਾਵ ਕਿ ਹਰ ਸਵਾਸ ਨਾਲ ਚੱਲਦੇ ਫਿਰਦੇ, ਜਦੋਂ ਵੀ ਆਪਾਂ ਕੁਛ ਕਰ ਰਹੇ ਹਾਂ ਉਦੋਂ ਖਾਸ ਕਰਕੇ ਧਿਆਨ ਦੇਈਏ। ਐਕਟੀਵਿਟੀਜ਼, ਗੱਡੀ ਡਰਾਈਵ ਕਰਨ ਲੱਗੇ ਹਾਂ, ਸਤਨਾਮ ਸ਼੍ਰੀ ਵਾਹਿਗੁਰੂ ਧੰਨ ਗੁਰੂ ਨਾਨਕ ਸਾਹਿਬ ਕਹਿ ਲਈਏ, ਮਹਾਰਾਜ ਹੇ ਅਕਾਲ ਪੁਰਖ ਸਾਡੇ 'ਤੇ ਕਿਰਪਾ ਕਰੇ, ਕੁਛ ਵੀ ਕੰਮ ਕਰਨ ਤੋਂ ਪਹਿਲਾਂ ਕੰਮ ਦੀ ਐਂਡਿੰਗ ਦੇ ਉੱਤੇ, ਅਤੇ ਆਠ ਪਹਿਰ ਹਰ ਹਰ ਜਸ ਗਾਈਏ। ਗੁਰੂ ਦੀ ਕਿਰਪਾ ਨਾਲ ਅੱਠੇ ਪਹਿਰ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਰਹਿਣਾ ਚਾਹੀਦਾ ਹੈ। 24 hours a day I sing the praises of Guruji
praises of Lord, praises of Almighty, ਆਠ ਪਹਿਰ ਹਰ ਹਰ ਜਸ ਗਾਈਏ। ਹਜ਼ੂਰ ਕਹਿੰਦੇ ਨੇ ਫਿਰ ਕੀ ਕਰਨਾ, ਹਰ ਜਸ ਕੀ ਕਰਨਾ, ਸਿਮਰੋ ਸੋ ਪ੍ਰਭ ਆਪਣਾ ਸਵਾਮੀ। ਮੈਂ ਆਪਣੇ ਉਸ ਮਾਲਕ ਨੂੰ ਯਾਦ ਕਰਦਾ ਰਹਾਂ, ਜਿਵੇਂ ਆਪਾਂ ਨੂੰ ਪੇਰੈਂਟਸ ਨੂੰ ਆਪਣੇ ਬੱਚੇ ਯਾਦ ਹੁੰਦੇ ਨੇ, ਇੱਕ ਕੰਮ ਕਰਨ ਵਾਲੇ ਨੂੰ ਆਪਣਾ ਕੰਮ ਯਾਦ ਹੁੰਦਾ ਹੈ, ਬੱਚਿਆਂ ਨੂੰ ਆਪਣੇ ਪੇਰੈਂਟਸ ਯਾਦ ਹੁੰਦੇ ਨੇ, ਅਤੇ ਸਾਨੂੰ ਗੁਰੂ ਦੀ ਯਾਦ ਬਣੀ ਰਹਿਣੀ ਚਾਹੀਦੀ ਹੈ। ਮੇਰੇ ਸਿਰ ਦੇ ਉੱਤੇ ਗੁਰੂ ਦਾ ਹੱਥ ਹੈ, ਅਤੇ ਮੇਰੇ ਹਜ਼ੂਰ ਕਹਿੰਦੇ ਨੇ ਮੈਡੀਟੇਟ ਇਨ ਰਿਮੈਂਬਰੈਂਸ ਔਨ ਗਾਡ ਯੂਅਰ ਲਾਰਡ ਐਂਡ ਮੈਸਟਰਸ, ਸਿਮਰੋ ਸੋ ਪ੍ਰਭ ਆਪਣਾ ਸਵਾਮੀ, ਸਗਲ ਘਟਾਂ ਕਾ ਅੰਤਰਜਾਮੀ, ਬਿਕੋਜ਼ ਹੀ ਇਜ਼ ਦਾ ਇਨਰ ਨੋਅਰ, ਦਾ ਸਰਚਰ ਆਫ ਆਲ ਹਾਰਟਸ, ਸਗਲ ਘਟਾਂ ਕਾ ਅੰਤਰਜਾਮੀ। ਉਹ ਸਾਡੇ ਦਿਲਾਂ ਦੀਆਂ ਗੱਲਾਂ ਨੂੰ ਜਾਣਦਾ, ਬੇਸ਼ੱਕ ਨਾ ਬੋਲੀਏ ਜੋ ਸਾਡੇ ਮਨ ਵਿੱਚ ਆਇਆ ਚੰਗਾ ਆਇਆ ਗੁਰੂ ਉਹ ਵੀ ਜਾਣਦਾ ਹੈ, ਜੇ ਮਾੜਾ ਆਇਆ ਹੈ ਤਾਂ ਗੁਰੂ ਉਹ ਵੀ ਜਾਣਦਾ, ਬੇਸ਼ੱਕ ਸਾਡੀ ਜ਼ੁਬਾਨ ਨਾ ਬੋਲੇ ਗੁਰੂ ਜਾਣਦਾ ਹੈ। ਸਗਲ ਘਟਾਂ ਕਾ ਅੰਤਰ ਜਾਮੀ, ਅਤੇ ਫਿਰ ਕੀ ਕਰੀਏ, ਹੱਥ ਜੋੜ ਕੇ ਸਿਰ ਚੁਕਾ ਕੇ ਕਹੀਏ ਮਾਲਕਾ ਸਾਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖ। ਚਰਨ ਕਮਲ ਸਿਓ ਲਾਗੀ ਪ੍ਰੀਤ, ਸੋ ਲਵ ਦਾ ਲਾਰਡਸ ਲੋਟਸ ਫੀਟ, ਗੁਰੂ ਦੀ ਸ਼ਰਨ ਵਿੱਚ ਰਹੀਏ, ਗੁਰੂ ਦੇ ਸ਼ਬਦ ਨਾਲ ਜੁੜੀਏ, ਸਿਰ ਚੁਕਾ ਕੇ ਰਹੀਏ। ਤਾਂ ਕੀ ਕਹਿੰਦੇ ਨੇ, ਇਹੀ ਅਸਲ ਵਿੱਚ ਜਿਉਣ ਦਾ ਸੱਚਾ ਢੰਗ ਹੈ, ਇਹੀ ਇੱਕ ਜੀਵਨ ਦੀ ਸਹੀ ਜਾਂਚ ਹੈ, ਇਹੀ ਇੱਕ ਸਫਲ ਹੋਣ ਦਾ ਸਹੀ ਉਪਰਾਲਾ ਹੈ। ਸਾਚੀ ਪੂਰਨ ਨਿਰਮਲ ਰੀਤ ਐਂਡ ਲਿਵ ਐ ਲਾਈਫ ਸਟਾਈਲ ਵਿਚ ਇਜ਼ ਟਰੂ ਪਰਫੈਕਟ ਐਂਡ ਸਪੋਟਲੈਸ, ਸਾਚੀ ਪੂਰਨ ਨਿਰਮਲ ਰੀਤ। ਹਜ਼ੂਰ ਕਹਿੰਦੇ ਨੇ ਉਸ ਮਾਲਕ ਦਾ ਸ਼ਬਦ, ਉਹਦਾ ਪਿਆਰ, ਉਹਦੀ ਯਾਦ ਸਾਡੇ ਹਿਰਦੇ ਵਿੱਚ ਵਸੀ ਰਹੇ, ਉਹਦੀ ਬਖਸ਼ਿਸ਼ ਨੂੰ ਸੰਭਾਲ ਕੇ ਰੱਖੀਏ। ਸੰਤ ਪ੍ਰਸਾਦ ਵਸੈ ਮਨ ਮਾਹੀ, ਬਾਈ ਦਾ ਗ੍ਰੇਸ ਆਫ ਦਾ ਸੇਂਟਸ ਦਾ ਲਾਰਡ ਕਮਸ ਟੂ ਡਵੈਲ ਵਿਦ ਇਨ ਦਾ ਮਾਇੰਡ। ਸੰਤ ਪ੍ਰਸਾਦ ਵਸੈ ਮਨ ਮਾਹੀ, ਇਸ ਤਰ੍ਹਾਂ ਗੁਰੂ ਦੀ ਬਖਸ਼ਿਸ਼ ਜਦੋਂ ਹਿਰਦੇ ਵਿੱਚ ਵਸ ਜਾਂਦੀ ਹੈ ਤਾਂ ਕੀ ਪ੍ਰਾਪਤ ਹੁੰਦਾ ਹੈ, ਵਟ ਵੀ ਅਚੀਵਡ, ਅਸੀਂ ਕੀ ਪ੍ਰਾਪਤ ਕਰਦੇ, ਵਟ ਵੀ ਗੇਨਡ। ਤਾਂ ਹਜ਼ੂਰ ਕਹਿੰਦੇ ਨੇ ਜਨਮ ਜਨਮ ਕੇ ਕਿਲ ਵਿਖ ਜਾਈ ਐਂਡ ਦਾ ਸਿੰਸ ਆਫ ਕਾਊਂਟਲੈਸ ਇਨਕਾਰਨੇਸ਼ਨ ਆਰ ਰਿਡਿਕਟੇਟਡ। ਉਹ ਜਨਮਾਂ ਜਨਮਾਂ ਦੇ ਮਾੜੇ ਕਰਮ ਸਾਡੇ ਦਿਲ ਨੇ ਖਤਮ ਹੋ ਜਾਂਦੇ ਨੇ। ਹਜ਼ੂਰ ਦੇ ਅੱਗੇ ਫਿਰ ਅਰਦਾਸ ਕਰਦੇ ਨੇ ਸਤਿਗੁਰੂ, ਸਾਡੇ ਵੱਲੋਂ ਤਰਦਾ ਕਰਦੇ ਨੇ ਪਰਮਾਤਮਾ ਦੇ ਚਰਨਾਂ ਵਿੱਚ, ਆਪਾਂ ਵੀ ਕਰਿਆ ਕਰੀਏ। ਕਰ ਕਿਰਪਾ ਪ੍ਰਭ ਦੀਨ ਦਇਆਲਾ, ਨਾਨਕ ਮੰਗੈ ਸੰਤਰ ਵਾਲਾ। ਹਿੰਦ ਮਾਣਿਆ ਅਤੇ ਦਇਆ ਕਰਨ ਵਾਲੇ ਪਰਮਾਤਮਾ, ਸਤਿਗੁਰੂ ਜੀ ਸਾਡੇ ਉੱਤੇ ਵੀ ਕਿਰਪਾ ਕਰੋ, ਅਤੇ ਤੇਰਾ ਦਾਸ ਤੇਰੇ ਦਰ ਦੇ ਉੱਤੇ ਆ ਕੇ ਤੇਰੇ ਚਰਨਾਂ ਦੀ, ਸਤਸੰਗੀਆਂ ਦੇ ਚਰਨਾਂ ਦੀ ਧੂੜ ਮੰਗਦਾ। ਪਲੀਜ਼ ਬੀ ਮਰਸੀਫੁੱਲ ਮਾਈ ਗਾਡ, ਮਾਈ ਸਤਿਗੁਰੂ ਜੀ, ਉਹ ਮਰਸੀਫੁੱਲ ਟੂ ਦਾ ਮੀਕ, ਨਾਨਕ ਬੈਗਸ ਫੋਰ ਦਾ ਡਸਟ ਆਫ ਯੂਅਰ ਸੇਂਟਸ ਯੂਅਰ ਸੰਗਤ, ਨਾਨਕ ਮੰਗੈ ਸੰਤਰ ਵਾਲਾ। ਅੱਜ ਬਹੁਤ ਹੀ ਸੋਹਣਾ ਦਿਹਾੜਾ ਹੈ ਜਿੱਥੇ ਆਪਾਂ ਗੁਰੂ ਕਰਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਨੂੰ ਯਾਦ ਕਰ ਰਹੇ ਹਾਂ। ਖੰਡੇ ਬਾਟੇ ਦੀ ਬਾਹੁਲ, ਅੰਮ੍ਰਿਤ ਦੀ ਦਾਤ, ਜਾਤ ਪਾਤ ਦੇ ਵਿਤਕਰੇ ਖਤਮ ਕੀਤੇ, ਸਾਨੂੰ ਇੱਕ ਪਰਿਵਾਰ ਬਣਾਇਆ, ਅਤੇ ਉਸ ਇੱਕ ਪਰਿਵਾਰ ਦੇ ਵਿੱਚੋਂ ਵੀ ਗੁਰੂ ਨੇ ਕੀ ਕੀਤਾ, ਸਾਰਾ ਕੁਝ ਖਾਲਸੇ ਨੂੰ ਸਮਰਪਿਤ ਕਰ ਦਿੱਤਾ। ਖਾਲਸੇ ਨੂੰ ਕਿਹਾ ਵੀ ਹਉਂ ਖਾਲਸੇ ਕਾ ਖਾਲਸਾ ਮੇਰੋ, ਓਤ ਪੋਤ ਸਾਗਰ ਬੂੰਦੇ ਰੋ, ਜਿਵੇਂ ਇੱਕ ਬੂੰਦ ਸਮੁੰਦਰ ਵਿੱਚ ਇੱਕ ਮਿਕ ਹੋ ਜਾਂਦੀ ਹੈ, ਮੈਂ ਖਾਲਸੇ ਦੇ ਨਾਲ ਬਿਲਕੁਲ ਇਸ ਤਰ੍ਹਾਂ। ਪੀਵੋ ਪਾਹੁਲ ਖੰਡੇ ਤਾਰ, ਹੋਏ ਜਨਮ ਸੁਹੇਲਾ, ਇਸ ਦਿਹਾੜੇ ਨੂੰ ਯਾਦ ਕਰ ਰਹੇ ਹਾਂ। ਉੱਥੇ ਨਾਲ ਹੀ ਅੱਜ ਸਜਦਾ ਕਰੀਏ, ਸਿਰ ਚੁਕਾਈਏ ਉਹਨਾਂ ਸਿਰਲੱਤ ਯੋਧਿਆਂ ਨੂੰ। 1978 ਦੇ ਵਿੱਚ ਜਦੋਂ ਸੰਤ ਨਿਰੰਕਾਰੀ ਕਾਂਡ ਹੋਇਆ ਸੀ ਤਾਂ ਉਸ ਵਕਤ 13 ਸਿੰਘਾਂ ਨੇ ਸ਼ਹਾਦਤਾਂ ਪਾਈਆਂ ਸੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਦਬ ਸਤਿਕਾਰ ਵਾਸਤੇ, ਕਿਉਂਕਿ ਉਹਨਾਂ ਨੇ ਆਪਣੀ ਮੂਰਖਤਾ ਵਿਖਾਈ ਸੀ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦੇ ਸਨ। ਸੋ ਇਹ 13 ਸਿੰਘ ਉਸ ਦਿਨ ਅੰਮ੍ਰਿਤਸਰ ਸਾਹਿਬ ਸ਼ਹੀਦ ਹੋਏ ਸਨ।
ਅਸੀਂ ਉਹਨਾਂ ਨੂੰ ਸਿਰ ਚੁਕਾਉਂਦੇ ਹਾਂ। ਹਰ ਇੱਕ ਦਾ ਹੀ ਫਰਜ਼ ਬਣਦਾ ਹੈ ਹਰ ਧਰਮ ਗ੍ਰੰਥ ਦਾ ਸਤਿਕਾਰ ਕਰੀਏ ਅਤੇ ਜਿੱਥੇ ਲੋੜ ਪੈਂਦੀ ਹੈ ਗੁਰੂ ਦੇ ਅਦਬ ਵਾਸਤੇ ਅਸੀਂ ਉੱਥੇ ਕੁਰਬਾਨ ਹੋਣ ਤੋਂ ਵੀ ਗੁਰੇਜ਼ ਨਾ ਕਰੀਏ, ਸਦਾ ਤਿਆਰ ਰਹੀਏ। ਇਹੀ ਖਾਲਸਾ ਹੈ, ਇਹੀ ਖਾਲਸਾ ਅਕਾਲ ਪੁਰਖ ਕੀ ਫੌਜ ਹੈ। ਪਰਮਾਤਮਾ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦੀਓ ਮੈਂ ਸਾਰਾ, ਜਬ ਇਹ ਗਏ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਅਤੇ ਵੈਸਾਖੀ ਦਾ ਇਹ ਸ਼ੁਭ ਦਿਹਾੜਾ, ਗੁਰੂ ਦੀਆਂ ਬਖਸ਼ਾਂ ਦਾ ਇਹ ਪਾਵਨ ਪਵਿੱਤਰ ਦਿਹਾੜਾ, ਜੋ ਪੰਥਕ ਤੌਰ 'ਤੇ ਨਾਨਕ ਸ਼ਾਹੀ ਕੈਲੰਡਰ ਦੇ ਅਨੁਸਾਰ ਆਪਾਂ 14 ਤਰੀਕ ਨੂੰ ਮਨਾ ਰਹੇ ਹਾਂ ਅਤੇ 14 ਤਰੀਕ ਸੈਟਰਡੇ ਕੱਲ੍ਹ ਨੂੰ ਹੈ, ਇਹ ਦੀਵਾਨ ਆਪਾਂ ਬੜੀ ਭਾਵਨਾ ਨਾਲ ਯਾਦ ਕਰ ਰਹੇ ਸਾਂ ਅਤੇ ਗੁਰੂ ਨੇ ਬਖਸ਼ਿਸ਼ ਕੀਤੀ ਹੈ। ਇਹ ਦੀਵਾਨ ਕੱਲ੍ਹ ਨੂੰ 11 ਵਜੇ ਤੋਂ ਲੈ ਕੇ 1 ਵਜੇ ਤੱਕ ਸਜੇਗਾ। ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਗੁਰੂ ਕਾ ਕੀਰਤਨ, ਗੁਰੂ ਇਤਿਹਾਸ ਦੀ ਵਿਚਾਰ ਹੋਏਗੀ, ਗੁਰੂ ਕੇ ਲੰਗਰ ਹੋਣਗੇ। ਅਤੇ ਕੱਲ੍ਹ ਦੇ ਦੀਵਾਨ ਦਾ ਐਡਰੈਸ ਜੋ ਹੈ, ਏਕ ਨੂਰ ਗੁਰੂ ਘਰ ਵੱਲੋਂ 8668 ਜੌਨ ਹਿਕਮੈਨ ਪਾਰਕਵੇ ਫ੍ਰਿਸਕੋ 75035 ਅਤੇ ਸਵੀਟ ਨੰਬਰ ਹੈ ਜੀ 1004। ਇਹ ਧਿਆਨ ਰੱਖਣਾ, ਇੱਥੇ ਆਪਾਂ ਕੱਲ੍ਹ ਦਾ ਦੀਵਾਨ ਸਜਾ ਰਹੇ ਹਾਂ ਅਤੇ ਪਰਸੋਂ ਦਾ ਸੰਡੇ ਦਾ ਜੋ ਰੈਗੂਲਰ ਦੀਵਾਨ ਹੈ ਉਹ ਗੋਲਫ ਕੋਰਸ ਜਿੱਥੇ ਹੈ 4701 ਪਲਾਂਟੇਸ਼ਨ ਲੇਨ ਫ੍ਰਿਸਕੋ 75035 ਇਹ ਉੱਥੇ ਹੁੰਦਾ ਜਿੱਥੇ ਰੈਗੂਲਰ ਦੀਵਾਨ ਚੱਲਦੇ ਨੇ। ਅਤੇ ਕੱਲ੍ਹ ਦਾ ਦੀਵਾਨ ਆਪ ਜੀ ਨੇ 11 ਤੋਂ 1 ਵਜੇ ਤੱਕ ਦਰਸ਼ਨ ਦੇਣੇ ਅਤੇ ਗੁਰੂ ਦੀਆਂ ਖੁਸ਼ੀਆਂ ਅਸੀਸਾਂ ਪ੍ਰਾਪਤ ਕਰਨੀਆਂ, ਇੱਕ ਪੰਥ ਦੇ ਨਾਲ ਮਿਲ ਕੇ ਚੱਲਣ ਦਾ ਪ੍ਰਯਤਨ ਕਰਨਾ। ਗੁਰੂ ਕਿਰਪਾ ਕਰੇ ਸਾਰੀਆਂ ਸੰਗਤਾਂ ਦੇ ਉੱਤੇ ਮਿਹਰ ਦਾ ਹੱਥ ਰੱਖਣ ਅਤੇ ਇਹ ਦਿਹਾੜਾ ਮਨਾ ਕੇ ਅਸੀਂ ਸਾਰਾ ਸਾਲ ਇਸ ਮਹਾਨ ਇਤਿਹਾਸ ਨੂੰ ਆਪਣੇ ਹਿਰਦੇ ਵਿੱਚ ਵਸਾਈਏ ਅਤੇ ਉਹਦੇ 'ਤੇ ਚੱਲਣ ਦਾ ਯਤਨ ਕਰੀਏ। ਭੁੱਲ ਚੁੱਕ ਦੇਖੀਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।